ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਟਾਰਟ ਕਰਤੀ ਹੈ ਆਪਣੀ ਜਰਨੀ ਟੂ ਗੋਬਿੰਦ ਘਾਟ, ਅਤੇ ਡੰਡਾ ਐਜ ਯੂਜੁਅਲ ਮੇਰਾ ਅੱਜ ਵੀ ਕਿਸੇ ਨੇ ਲੈ ਲਿਆ। ਕੱਲ੍ਹ ਵੀ ਹੇਮਕੁੰਡ ਸਾਹਿਬ 'ਤੇ ਕਿਸੇ ਨੇ ਲੈ ਲਿਆ ਸੀ, ਅਤੇ ਮੇ ਵੀ ਉਹਨੂੰ ਜ਼ਿਆਦਾ ਜ਼ਰੂਰਤ ਆਉਣੀ ਆ ਉਹਦੀ, ਅਤੇ ਮੈਂ ਅੱਜ ਬਿਨਾਂ ਹੀ ਡੰਡੇ 'ਤੇ ਚੱਲ ਰਿਹਾ ਵਾਂ, ਬਟ ਮੇਰੀ ਵਾਈਫ ਡੰਡੇ ਦੇ ਨਾਲ ਚੱਲ ਰਹੀ ਹੈ। ਹੁਣੇ ਬੜਾ ਸਲੋ ਚੱਲ ਰਹੀ ਹੈ, ਪਰ ਜਦ ਆਪਾਂ ਰਾਤ ਨੂੰ ਆਏ ਸੀ ਗੋਬਿੰਦ ਧਾਮ ਤੋਂ ਇੱਥੇ ਆਪਣਾ ਹੈਲੀਪੈਡ 'ਤੇ, ਅਤੇ ਚਲੋ ਤੁਹਾਨੂੰ ਪਹਿਲੇ ਦਿਖਾਈਏ। ਚਲੋ ਜੀ, ਤੁਹਾਨੂੰ ਪਹਿਲੇ ਹੈਲੀਕਾਪਟਰ ਵਿਖਾਈਏ। ਹੈਲੀਕਾਪਟਰ ਸੇਵਾ ਹੈਗੀ ਹੈ ਆਪਣਾ ਹੇਮਕੁੰਡ ਸਾਹਿਬ ਦੀ। ਜਿਹੜੇ ਬਜ਼ੁਰਗ ਮਾਤਾ ਭੈਣਾਂ ਜਿਹੜੇ ਨਹੀਂ ਆ ਸਕਦੇ, ਨਹੀਂ ਚੱਲ ਸਕਦੇ, ਨਹੀਂ ਘੋੜੇ 'ਤੇ ਬਹਿ ਸਕਦੇ, ਉਹਨਾਂ ਵਾਸਤੇ ਇਹ ਬਣਾਇਆ ਗਿਆ, ਅਤੇ ਇਹ ਬਹੁਤ ਸੋਹਣੀ ਚੀਜ਼ ਹੈਗੀ ਹੈ। ਇਹ ਹੋਣਾ ਚਾਹੀਦਾ, ਕਿਉਂਕਿ ਜੋ ਨਹੀਂ ਆ ਸਕਦੇ ਉਹਨਾਂ ਦਾ ਮਨ ਤਾਂ ਹੈਗਾ ਆਉਣ ਦਾ, ਪਰ ਉਹ ਮਜਬੂਰ ਨੇ। ਸੋ ਹੈਲੀਕਾਪਟਰ ਮੇਂ ਬੈਠਨੇ ਕਾ ਮਜ਼ਾ ਆਪਣਾ ਹੀ ਹੈ, ਜ਼ਿਆਦਾ ਕੁਛ ਤਾਂ ਪਤਾ ਨਹੀਂ ਚਲਤਾ, ਬਸ ਐਸਾ ਲੱਗਤਾ ਹੈ ਜਬ ਵੋ ਉੱਪਰ ਜਾਤਾ ਜਾਤਾ ਐਸਾ ਲੱਗਤਾ ਹੈ ਕਿ ਸਭ ਕੁਛ ਛੋਟਾ ਹੋਤਾ ਜਾ ਰਹਾ ਹੋਤਾ ਜਾ ਰਹਾ ਹੋਤਾ ਜਾ ਰਹਾ ਹੈ ਨਾ, ਅਤੇ ਔਰ ਉੱਪਰ ਚਲਾ ਤਾਂ ਲੱਗਦਾ ਸਭ ਕੁਛ ਬਹੁਤ ਛੋਟਾ ਹੋ ਗਿਆ, ਸਭ ਕੁਛ ਚੀਜ਼ ਜੈਸਾ ਹੋ ਗਿਆ, ਬਸ ਇਤਨਾ ਹੀ ਪਤਾ ਚਲਤਾ ਹੈਲੀਕਾਪਟਰ ਮੇਂ, ਕੁਛ ਨਹੀਂ ਪਤਾ ਚਲਤਾ। ਔਰ ਟੇਕ ਆਫ ਕੇ ਟਾਈਮ ਪੇ ਵੀ ਕੁਛ ਨਹੀਂ ਪਤਾ ਚਲਤਾ, ਬਸ ਲੈਂਡਿੰਗ ਕੇ ਟਾਈਮ ਪੇ ਪਤਾ ਚਲਤਾ, ਲੈਂਡਿੰਗ ਕੇ ਟਾਈਮ ਪੇ। ਔਰ ਜਬ ਟੇਕ ਆਫ, ਜਬ ਪਹਾੜ ਸੇ ਹੋਤਾ ਹੈ, ਪਹਾੜ ਸੇ ਜਬ ਨੀਚੇ ਆਤਾ ਹੈ ਟੇਕ ਆਫ ਕੇ ਲੀਏ, ਤੋ ਵੋ ਬਹੁਤ ਸਕੇਰੀ ਹੋਤਾ ਹੈ, ਬਹੁਤ ਸਕੇਰੀ। ਜਬ ਪਹਾੜ ਸੇ ਨੀਚੇ ਉਤਰਤਾ ਹੈ ਹੈਲੀਕਾਪਟਰ, ਵੋ ਬਹੁਤ ਸਕੇਰੀ ਹੋਤਾ ਹੈ। ਮੈਨੇ ਐਕਸਪੀਰੀਅੰਸ ਕੀਆ ਥਾ ਵੈਸ਼ਨੋ ਦੇਵੀ ਮੇਂ, ਔਰ ਮੇਰੀ ਇੱਕ ਤਰ੍ਹਾਂ ਸੇ ਤੋ ਮੇਰੀ ਚੀਕੇ ਨਿਕਲ ਰਹੀ ਥੀ, ਭਾਈ ਉਸਨੇ ਕਰਾ ਗਿਆ ਹੈ। ਔਰ ਜੇ ਮੈਨੇ ਦੂਸਰੇ ਹੈਲੀਕਾਪਟਰ ਕੋ ਦੇਖਾ ਥਾ, ਫਸਟ ਹੈਲੀਕਾਪਟਰ ਕੋ ਦੇਖਾ ਤੋ ਮੇਰੇ ਐਸਾ ਲੱਗ ਰਿਹਾ ਵੋ ਕ੍ਰੈਸ਼ ਹੋ ਗਿਆ, ਔਰ ਵਹਾਂ ਸੇ ਨੀਚੇ ਗਿਰ ਗਿਆ, ਬਟ ਵੋ ਕ੍ਰੈਸ਼ ਨਹੀਂ ਹੋਇਆ ਥਾ। ਔਰ ਤੋ ਚਲੀਏ ਆਪਾਂ ਆਪਣੀ ਜਰਨੀ ਚਾਲੂ ਤਾਂ ਕਰ ਦਿੱਤੀ ਹੈ, ਹੈ ਨਾ। ਹਾਂ, ਮੈਂ ਤੁਹਾਨੂੰ ਇੱਕ ਗੱਲ ਦੱਸਣ ਵਾਲਾ ਸੀ, ਆਪਾਂ ਰਾਤ ਨੂੰ ਜਦੋਂ ਗੋਬਿੰਦ ਧਾਮ ਤੋਂ ਆਪਣੇ ਹੋਟਲ ਆਏ ਸੀ, ਅਤੇ ਹੈਲੀਪੈਡ ਦੇ ਕੋਲ ਹੈਗਾ ਸਾਡਾ, ਅਤੇ ਵਿੱਚ ਪੂਰੀ ਰਾਤ ਵਿੱਚ ਪੂਰੀ ਮਤਲਬ ਘਣਾ ਹਨੇਰਾ ਸੀਗਾ, ਅਤੇ ਤਦ ਮੇਰੀ ਵਾਈਫ ਦੀ ਸਪੀਡ ਯੂ ਕੈਂਟ ਇਮੈਜਿਨ ਕਿ ਕਿਆ ਸੀ। ਪੂਰਾ ਜੰਗਲ ਸੀ, ਜੰਗਲ ਵਿੱਚ ਪੂਰਾ ਹਨੇਰਾ ਸੀ, ਅਤੇ ਮੈਂ ਤਾਂ ਪ੍ਰੋਟੈਕਸ਼ਨ ਵਾਸਤੇ ਕਿਰਪਾਨ ਕੱਢ ਲਈ ਸੀ, ਜੇ ਕੋਈ ਜਾਨਵਰ ਆ ਜਾਂਦਾ ਜਾਂ ਕੋਈ ਵੀ ਹਮਲਾ ਕਰਦਾ ਤਾਂ ਉਸ ਵਾਸਤੇ ਮੈਂ ਕਿਰਪਾਨ ਕੱਢ ਲਈ ਸੀ, ਆਪਣੇ ਕਿਰਪਾਨ ਆਪਣੇ ਹੱਥ 'ਚ ਰੱਖੀ ਹੋਈ ਸੀ। ਅਤੇ ਬਟ ਮੇਰੀ ਵਾਈਫ ਸ਼ੀ ਵਾਸ ਸੋ ਸਕੇਅਰਡ, ਔਰ ਵੋ ਇਤਨੀ ਸਪੀਡ ਮੈਂ ਚੱਲ ਰਹੀ ਸੀ, ਇਤਨੀ ਸਪੀਡ ਮੈਂ, ਔਰ ਅਭੀ ਦੇਖੋ ਕਚੂਏ ਕੀ ਚਾਲ, ਔਰ ਜਬਕਿ ਰਾਤ ਕੋ ਮੋਚ ਵੀ ਆ ਗਈ ਥੀ ਪੈਰ ਮੇਂ ਚਲਤੇ ਚਲਤੇ, ਫਿਰ ਵੀ ਤੇਜ਼ ਤੇਜ਼ ਚੱਲ, ਤੋ ਚਲੋ ਮੈਂ ਆਸ਼ਾ ਕਰਤਾ ਹੂੰ ਕਿ ਅਭੀ ਇਹ ਵੀ ਥੋੜ੍ਹਾ ਸਪੀਡ ਮੇਂ ਚਲੇਗੀ, ਕਿਉਂਕਿ ਮੇਰਾ ਟਾਰਗੇਟ ਹੈ ਕਿ 8:45 ਵਜ ਰਹੇ ਹੈ, ਤੋ ਮੇਰਾ ਟਾਰਗੇਟ ਹੈ ਕਿ ਅਗਰ ਹਮ 2 ਵਜੇ ਤੱਕ ਆਪਣੇ 9 ਕਿਲੋਮੀਟਰ ਪੂਰੇ ਕਰ ਦੇਤੇ ਹੈਂ। 4 ਤੋਂ ਪਹਿਲਾਂ ਨਹੀਂ ਪਹੁੰਚਦੇ ਵਾਲੇ, 4 ਵਜੇ ਜਾਣਾ ਹੈ। ਤੋ ਮਾਰ ਬਦਰੀਨਾਥ ਔਰ ਮਾਨਾ ਗਾਉਂ ਅੱਜ ਨਿਪਟਾ ਸਕਦੇ ਹੈਂ, ਤੋ ਕੱਲ ਕਾ ਦਿਨ ਹਮਾਰਾ 1 ਵਜ ਜਾਏਗਾ, ਤੋ ਔਰ ਹਮੇ ਰੈਸਟ ਵੀ ਕਰਨਾ ਹੈ ਸੰਡੇ ਕੋ ਜਾ ਕੇ, ਕਿਉਂਕਿ ਸੈਟਰਡੇ ਕੋ ਹਮ ਪਹੁੰਚੇਂਗੇ ਇਸ ਹਿਸਾਬ ਸੇ ਸ਼੍ਰੀਨਗਰ, ਬਟ ਕੱਲ ਅਗਰ ਇੱਕ ਦਿਨ ਯਹਾਂ ਪੇ ਲੱਗ ਗਿਆ ਤੋ ਹਮ ਸੰਡੇ ਕੋ ਫਿਰ ਹਮ ਸੰਡੇ ਕੋ ਰਾਤ ਕੋ ਘਰ ਪਹੁੰਚੇਂਗੇ, ਸੈਟਰਡੇ ਕੋ ਰਾਤ ਕੋ ਘਰ ਨਹੀਂ ਪਹੁੰਚੇਂਗੇ, ਹਮ ਫਰਾਈਡੇ ਅਦਰਵਾਈਜ਼ ਹਮ ਫਰਾਈਡੇ ਕੋ ਸ਼੍ਰੀਨਗਰ ਪਹੁੰਚ ਜਾਏਂਗੇ। ਚਲੀਏ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।